പോലീസ് ജലന്ധറിലെത്തി മൂന്ന് നാൾ പിന്നിടുമ്പോഴും ജലന്ധർ ദേവാലയങ്ങളിലെ പ്രാർത്ഥനാന്തരീക്ഷം ഭീകരതയെ സൃഷ്ടിച്ച മാധ്യമങ്ങൾക്ക് മുഖം കൊടുക്കാതെ പഞ്ചാബ് പോലീസിന്റെ സഹായത്തോടെ അന്വേഷണവുമായി മുന്നേറുകയാണ് വൈക്കം DSP സംഘവും. 10-ാം തീയതി രാവിലെ ഡൽഹിയിൽ നിന്ന് പുറപ്പെട്ട് ഉച്ചയോടെ ജലന്ധറിലെത്തി എവിടെയാണ് താമസം എന്നുപോലും ഞങ്ങൾ മാധ്യമങ്ങൾ അറിയാതെ PAP ചൗക്കിലെ പോലീസ് അക്കാദമിയിലേക്കും ജലന്ധർ പോലീസ് കമ്മീഷണർ കാര്യാലയത്തിലേക്കും പോലീസ് വണ്ടികൾ പോകുന്നുണ്ട് എന്നതൊഴിച്ചാൽ ഞങ്ങൾ മാധ്യമങ്ങൾക്ക് ഒരു വിവരവും ലഭിക്കുന്നില്ല. പ്രാർത്ഥനയ്ക്കായി വന്ന ജനങ്ങളെ കണ്ട് മാധ്യമങ്ങൾ ദുരുദ്ദേശത്തോടെ പരത്തിയ ഭീകരത കേരള പോലീസ് അന്വേഷണ സംഘം ജലന്ധർ കമ്മീഷണറെ വിട്ട് അരമനയിലും മറ്റ് പരിസര ദേവാലയങ്ങളിലും വന്ന് നിജസ്ഥിതി അന്വേഷിച്ചതിന് ശേഷം വൈക്കം DSP സംഘവും തൻ്റെ കൃത്യനിർവഹണം ആരംഭിച്ചു. ਦੇਖੋ ਆਪਾਂ ਇੱਥੇ ਸਾਰੇ ਹੋਣੇ ਹੀ ਆਪਾਂ ਹੁਣੇ ਹੀ ਸਪੋਟ ਵਿਜਿਟ ਕਰਨਾ ਹੈ ਨਾਲ ਹਲਕਾ ACP ਨੇ SHO ਨੇ ਆਪਾਂ ਇਹ ਸਾਰਾ ਵਿਜਿਟ ਕਰਕੇ ਫਿਰ ਆਪਾਂ ਇਹਨੂੰ ਜੋ ਵੀ ਇੱਥੇ ਮੈਕਸੀਮਮ ਜਿਹੜਾ ਸਿਕਿਉਰਿਟੀ ਦਾ ਇੰਤਜ਼ਾਮ ਕਰਾਂਗੇ. ਦੇਖੋ ਮੈਂ ਵੀ ਬਾਹਰੋਂ ਆਇਆ ਹੁਣ ਅੰਦਰ ਚੱਲਿਆ ਮੈਂ ਇੱਕ ਸਿਰਫ ਓਵਰਵਿਊ ਲੈਣਾ ਉਹਦੇ ਬਾਅਦ ਆਪਾਂ ਜਾ ਕੇ ਇਹਦਾ ਸਿਕਿਉਰਿਟੀ ਪ੍ਰੋਗਰਾਮ ਇਸ਼ੂ ਕਰ ਦੇਣਾ. ਨਹੀਂ ਨਹੀਂ ਨੋ ਵੇਖੋ ਵੀ ਆਰ ਨਾਟ ਕੰਸਰਨਡ ਵਿਦ ਦੈਟ ਸਿਰਫ ਆਪਾਂ ਇੱਕ ਬੀਇੰਗ ਪੁਲਿਸ ਜਿਹੜਾ ਸਾਡਾ ਇੱਕ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਦੂਜਾ ਜਿਹੜਾ ਫੈਸਿਲੀਟੇਟ ਕਰਨਾ ਦੋਨੇ ਬੋਥ ਗਰੁੱਪ ਨੂੰ ਜਿਹੜਾ ਹਾਲ ਦੀ ਘੜੀ ਕੋਈ ਗੱਲਬਾਤ ਨਹੀਂ ਹੈ ਜੀ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਠੀਕ ਹੈ. ਦੇਖੋ ਸਾਡੇ ਵੱਲੋਂ ਹੁਣ ਅਸੀਂ ਫਸਟ ਟਾਈਮ ਆਏ ਹਾਂ ਅਸੀਂ ਇੱਥੇ ਸਾਰਾ ਆਪਾਂ ਵੀ ਵਿਲ ਟੇਕ ਸਟੋਕ ਆਫ ਦਾ ਸਿਚੁਏਸ਼ਨ ਉਹਦੇ ਬਾਅਦ ਆਪਾਂ ਇਹਦਾ ਜੋ ਵੀ ਸਿਕਿਉਰਿਟੀ ਡਿਪਲਾਈ ਕਰਦੇ ਹੈ ਸੀ ਇੰਟੀਮੇਸ਼ਨ ਤਾਂ ਆਈ ਆ ਜਿਹੜੀ ਕੇਰਲਾ ਪੁਲਿਸ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਆਪਾਂ ਸਾਰਾ ਸਿਕਿਉਰਿਟੀ ਅਰੇਂਜਮੈਂਟ ਉਹ ਵੇਖਣ ਆਏ ਸੀਗੇ ਉਹ ਆਪਾਂ ਸਾਰਾ ਇੱਕ ਵਾਰੀ ਸਾਰਾ ਹੀ ਅਸੈਸ ਕਰ ਲਿਆ ਉਹਦੇ ਹਿਸਾਬ ਨਾਲ ਸਿਕਿਉਰਿਟੀ ਡਿਪਲੋਇਮੈਂਟ ਕਰ ਦਾਂਗੇ. ਕਦੋਂ ਤੱਕ ਆਈ ਸਰ ਕੇਰਲਾ ਪੁਲਿਸ ਕੋਲ ਤੱਕ ਕਿੱਥੇ ਪਹੁੰਚ ਜਾਏਗੀ? ਕੇਰਲਾ ਪੁਲਿਸ ਆਉਣ ਦਾ ਵੇ ਹੈ ਉਹ ਆ ਜਾਏਗੀ ਉਹਦੇ ਬਾਅਦ ਫਿਰ ਉਹਨਾਂ ਦਾ ਮਿਲਾਂਗੇ ਉਹਨਾਂ ਨੂੰ ਕੀ ਪ੍ਰੋਗਰਾਮ ਹੈ ਉਹਦੇ ਹਿਸਾਬ ਨਾਲ ਫਿਰ ਆਉਣਗੇ. ਸਰ ਇੱਕ ਜਿਹੜਾ ਮੈਸੇਜ ਇੱਕ ਕੇਰਲਾ ਪੁਲਿਸ ਵੀ ਲਿੰਦੋ ਕਰੇ ਦੈਟ ਇਜ਼ ਨਾਟ ਸਰਟਨ ਹੀ ਇਜ਼ ਆਨ ਦਾ ਵੇ ਟੀਮ ਇਜ਼ ਆਨ ਦਾ ਵੇ ਐਂਡ ਦੀ ਮੂਮੈਂਟ ਇਟ ਕੇ ਸੋ ਦ ਪੰਜਾਬ ਪੁਲਿਸ ਕਲੀਅਰ ਦ ਵੇ ਇਫ ਦੇਰ ਇਜ਼ ਐਨ ਅਰੈਸਟ ਕੁਡ ਹੈਪਨ ਯੂ ਆਰ ਐਕਸਪੈਕਟਿੰਗ ਐਨ ਅਰੈਸਟ ਵੀ ਆਰ ਨਾਟ ਕਨਸਰਨਡ ਵਿਦ ਦੈਟ ਵੀ ਆਰ ਓਨਲੀ ਮੇਕਿੰਗ ਅ ਸਿਕਿਉਰਿਟੀ ਅਰੇਂਜਮੈਂਟ. ਬਿਸ਼ਪ ਫ੍ਰੈਂਕੋ ਮਲੱਕਲ ਵੀ ਅੰਦਰ? ਹਾਂ ਯੈਸ ਹੀ ਇਜ਼ ਇਨਸਾਈਡ ਦਾ ਬਿਸ਼ਪ ਹਾਊਸ. ਤੁਹਾਡੀ ਗੱਲਬਾਤ ਹੋਈ ਉਹਨਾਂ? ਹਾਂ ਯੈਸ ਹੋਈ. ਸਰ ਵੈਨ ਵਿਲ ਬੀ ਦ ਕੁਐਸਚਨਿੰਗ ਸਟਾਰਟ ਦ ਅਰੈਸਟ ਦ ਕੁਐਸਚਨ? ਵੀ ਡੋਨਟ ਨੋ ਦੈਟ ਪਾਰਟ ਆਫ ਇਨਵੈਸਟੀਗੇਸ਼ਨ ਓਨਲੀ ਦੀ ਇਨਵੈਸਟੀਗੇਸ਼ਨ ਟੀਮ ਨੋ ਕਿ ਵਟ ਦੇ ਆਰ ਗੋਇੰਗ ਟੂ ਆਸਕ. ਪਰ ਸਰ ਕੀ ਪਰ ਸਰ ਕਿਆ ਸੇ ਵੀ ਲਗਾਇਆ ਰਹੇ ਕਿ ਕੇਰਲਾ ਪੁਲਿਸ PAP ਚ ਇਸ ਟਾਈਮ? ਦੇਖੋ ਜਲੰਧਰ ਤੇ ਕਿਤੇ ਨਾ ਕਿਤੇ ਸਟੇ ਕਰਨਾ ਹੀ ਉਹਨਾਂ ਨੇ. ਨਹੀਂ ਵੀ ਆਰ ਕੰਸਰਨਡ ਵਿਦ ਦਾ ਸਿਕਿਉਰਿਟੀ ਐਸਪੈਕਟਸ ਇਫ ਦੇ ਆਰ ਕਮਿੰਗ ਦੇ ਹੈਵ ਲਾਈਜ਼ਡ ਵਿਦ ਅਸ ਐਂਡ ਨਾਓ ਵੀ ਆਰ ਪ੍ਰੋਵਾਈਡਿੰਗ ਥੈਮ ਅ ਸੇਫ ਪਲੇਸ. ਸੋ ਇਸ ਦੇਰ ਐਨੀ ਲਾਅ ਐਂਡ ਆਰਡਰ ਇਸ਼ੂ ਯੂ ਆਰ ਐਕਸਪੈਕਟਿੰਗ ਸਮਥਿੰਗ? ਨਾਟ ਆਊਟ ਆਫ ਦ ਪ੍ਰੋਬਲਮ. ਸਰ ਇੱਕ ਜਿਹੜਾ ਮੈਸੇਜ ਸੀਗਾ ਜਿਹੜਾ ਕਿ ਕਿਹਾ ਗਿਆ ਸੀ ਕਿ ਸਾਰੇ ਇੱਥੇ ਆਓ ਤਾਂ ਕਿ ਪੁਲਿਸ ਗਲਤ ਰਿਪੋਰਟ ਨਾ ਕਰੇ, ਕੇਰਲਾ ਪੁਲਿਸ ਆ ਰਹੀ ਹੈ ਫ੍ਰੈਂਕੋ ਮਲੱਕਲ ਨੂੰ ਇਨਵੈਸਟੀਗੇਟ ਕਰਨ, ਉਸ ਤੋਂ ਬਾਅਦ ਕਿੰਨੇ ਲੋਕ ਆਏ ਹੈ? ਜਿਹੜੀ ਅੱਜ ਪ੍ਰੇਅਰ ਹੋ ਰਹੀ ਹੈ ਉਹ ਰੂਟੀਨ ਵਾਲੀ ਹੈ? ਪ੍ਰੇਅਰ ਤਾਂ ਇਹਨਾਂ ਦੀ ਰੂਟੀਨ ਵਾਲੀ ਹੈ, ਉਹ ਆ ਰਹੇ ਆ ਜਾ ਰਹੇ ਆ. ਬਾਕੀ ਇੱਥੇ ਅੰਦਰ ਤੁਸੀਂ ਕੈਂਪਸ ਦੇ ਵਿੱਚ ਵੇਖ ਲਿਆ, ਹਾਰਡਲੀ 50-60 ਹੋਣਗੇ ਰੂਟੀਨ ਵਾਲੇ ਜਿਹੜੇ ਹੁੰਦੇ. ਦੇਰ ਆਰ ਨਾਟ ਸਪੈਸ਼ਲ ਗੈਦਰਿੰਗ ਇਨਸਾਈਡ ਦਾ ਵਿਸ਼ ਹਾਊਸ. ਸਰ ਸ਼ਾਮ ਤੱਕ ਆ ਜਾਏਗੀ ਕੇਰਲਾ ਪੁਲਿਸ? ਜਦੋਂ ਆ ਜਾਏਗੀ ਆਪੇ ਪਤਾ ਲੱਗ ਜਾਣਾ. ਸਰ ਵਨ ਵਟਸਐਪ ਮੈਸੇਜ ਇਸ ਸਪਰੈਡਿੰਗ ਅਮੰਗ ਦ ਬਿਲੀਵਰਸ ਫਰਮ ਦ ਪਾਰਟ ਆਫ ਦ ਜਲੰਧਰ ਡਾਇਸਿਸ, ਵੈਦਰ ਪੁਲਿਸ ਇਨਕੁਇਰਡ ਅਬਾਊਟ ਦੈਟ ਇਨ ਵਿਚ ਦ ਬਾਬੂ ਲੋਕ ਕਾਲਡ ਹੇਅਰ ਫਾਰ ਡਿਫੈਂਡਿੰਗ ਦ ਕੇਰਲਾ ਪੁਲਿਸ? No, question is not like this. I have discussed in detail with the Father Peter.
and question is not like this. Sir, people are spreading rumors, but we should not believe those rumors. We don't know about those. Okay, thank you. അന്ന് തന്നെ ജലന്ധറിനടുത്തുള്ള ബോഗ്പൂരിലും കിഷൻഘട്ടിലും പോയി അരമനയിൽ നിന്നും നടപടികൾക്ക് വിധേയരായി എന്ന് കരുതപ്പെടുന്ന മുതിർന്ന വൈദികരുടെ മൊഴിയെടുത്തതായി അറിയുന്നു. ഈ ഘട്ടങ്ങളിലെല്ലാം ഞങ്ങൾ മാധ്യമപ്രവർത്തകർ പോലീസ് എവിടെയാണ് എന്ന് പോലും അറിയാതെ ജലന്ധർ അരമനയുടെ മുന്നിൽ പൊരിവയലത്ത് കാത്തിരുന്ന് നിരാശരായി വൈകുന്നേരം 7 മണിയോടെ നാളേക്കായി കാത്തിരുന്നുകൊണ്ട് തിരിച്ചു പോന്നു.